ਕਾਦੀਆਂ ਹਲਕੇ ਅੰਦਰ ਪਿੰਡ ਨਾਥਪੁਰ ਦੇ ਇੱਕ ਵਿਅਕਤੀ ਵੱਲੋਂ ਛੱਪੜ ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਪਿੰਡ ਦੀਆਂ ਤਿੰਨ ਪੰਚਾਇਤਾਂ ਵੱਲੋਂ ਪ੍ਰਸ਼ਾਸਨ ਦੀ ਲਿਖਤੀ ਦਰਖਾਸਤ ਵਿੱਚ ਕਿਹਾ ਗਿਆ ਸੀ ਕਿ ਪਿੰਡ ਦੇ ਸਾਬਕਾ ਸਰਪੰਚੇ ਬਲਵੰਤ ਸਿੰਘ ਕਾਂਗਰਸੀ ਸ਼ਹਿ ਤੇ ਪਿੰਡ ਦੇ ਸਤਪਾਲ ਸਿੰਘ ਦੀ ਛੱਪੜ ਦੀ ਜਗ੍ਹਾ ਤੇ ਗੈਰ ਕਾਨੂੰਨੀ ਕਬਜ਼ਾ ਕਰਵਾ ਰਿਹਾ ਹੈ ਇਸ ਮੌਕੇ ਸਰਪੰਚ ਮਲਕੀਤ ਸਿੰਘ ਨਾਥਪੁਰ ਜਗਿੰਦਰ ਸਿੰਘ ਤਰਸੀਮ ਸਿੰਘ ਕਸ਼ਮੀਰ ਸਿੰਘ ਪੂਆ ਸਿੰਘ ਦਵਿੰਦਰ ਸਿੰਘ ਅਤੇ ਜਗਤਾਰ ਸਿੰਘ ਬਲੋ ਸਾਫਕਾ ਸਰਪੰਚ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਕੀਤੀ ਹੈ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨਜਾਇਜ਼ ਉਸਾਰੀਆਂ ਨਾ ਰੋਕੀਆਂ ਗਈਆਂ ਤਾਂ ਪ੍ਰਸ਼ਾਸਨ ਦੇ ਖਿਲਾਫ ਵੱਡੇ ਪੱਧਰ ਤੇ ਸੰਘਰਸ਼ ਵਿੜਿਆ ਜਾਵੇਗਾ। ਕਰਨਬੀ ਸਿੰਘਾ ਜੀ ਪੁੱਤਰ ਸਰਦਾਰ ਜਗਤ ਸਿੰਘ ਸਰਪੰਚ ਪਤੀ ਬਾਬਾ ਵਿਸ਼ਕਰਮਾ ਹਾਂਜੀ ਪਿੰਡ ਵਿੱਚ ਨਜਾਇਜ਼ ਕਬਜ਼ਾ ਹੋ ਰਿਹਾ ਜੀ ਪੰਚਾਇਤ ਦੀ ਜ਼ਮੀਨ ਆ ਛੱਪੜ ਆ ਜੀ ਸ਼ਮਸ਼ਾਨ ਘਾਟ ਆ ਉਸ ਜ਼ਮੀਨ ਤੇ ਨਜਾਇਜ਼ ਕਬਜ਼ਾ ਹੋ ਰਿਹਾ ਜੀ ਤਿੰਨ ਜਾਜ ਕਬਜਾ ਕੋ ਸ਼ਰਾਰਤੀ ਅੰਸ਼ਰ ਪਿੰਡ ਦੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਉਹ ਹੀ ਕਰਾ ਰਹੇ ਆ ਜੀ ਜਿਨ੍ਹਾਂ ਵਿੱਚ ਗੁਰਮਖ ਸਿੰਘ ਬਲਵੰਤ ਸਿੰਘ ਕਿ ਕਿਹਦੀ ਸ਼ੈਤ ਹੈ ਹੋ ਰਿਹਾ ਹੈ ਇਹ ਗੁਰਮਖ ਸਿੰਘ ਤੇ ਬਲਵੰਤ ਸਿੰਘ ਦੀ ਸ਼ੈਤ ਹੈ ਹੋ ਰਿਹਾ ਜੀ ਸਾਰਾ ਕੁਝ ਅੱਛਾ ਇਹਦੇ ਵਾਸਤੇ ਤੁਸੀਂ ਕੀ ਕੀਤਾ ਵਾ ਕਿ ਅਸੀਂ ਪ੍ਰਸ਼ਾਸਨ ਨੂੰ ਚਿੱਠੀਆਂ ਕੱਢੀਆਂ ਜੀ ਪ੍ਰਸ਼ਾਸਨ ਦਾ ਅਜੇ ਤੱਕ ਵਿਅਕਤੀ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅਜੇ ਤੱਕ ਇੱਥੇ ਆ ਕੇ ਨਹੀਂ ਵੇਖ ਰਿਹਾ ਕੀ ਕੰਮ ਚੱਲ ਰਿਹਾ ਉੱਥੇ ਜਿਹੜੀ ਜਗ੍ਹਾ ਤੁਸੀਂ ਕਹਿ ਰਹੇ ਆ ਤੁਹਾਡੀ ਬੈਕਸਾਈਡ ਤੇ ਵੇਖੋ ਜੀ ਉਹ ਸਾਰੀ ਚੱਲ ਰਹੀ ਹੈ ਜੀ ਮੈਂ ਮਲਕੀਤ ਸਿੰਘ ਸਰਪੰਚ ਪਿੰਡ ਨਾਥਪੁਰ ਸਾਡੀ ਪੰਚਾਇਤ ਵਿੱਚ ਨਜਾਇਜ਼ ਕਬਜ਼ੇ ਕਰ ਰਹੇ ਆ ਕੁਝ ਕੁ ਸ਼ਰਾਰਤੀ ਆਂਸਰ ਤੇ ਸਾਡੀ ਪਿੰਡ ਦੀ ਜਿਹੜੀ ਪੰਚਾਇਤ ਆ ਸ਼ਮਸ਼ਾਨ ਘਾਟ ਗਰਾਊਂਡ ਅਤੇ ਛੱਪੜ ਉਹ ਤਿੰਨੇ ਇਕੱਠਿਆਂ ਨੇ ਤੇ ਤਿੰਨੇ ਇਕੱਠਿਆਂ ਦੇ ਹੋਣ ਦੇ ਨਾਲ ਇੱਕ ਪੱਤੀ ਵਿਸ਼ਕਰਮਾ ਜਿਹੜੀ ਆ ਉਹ ਵੀ ਸਾਡੀ ਪੰਚਾਇਤ ਦਾ ਹਿੱਸਾ ਆ ਔਰ ਉਹਦੀ ਵੀ ਇਹ ਗਰਾਊਂਡ ਸਾਂਝੀ ਆ ਪੰਚਾਇਤ ਘਰ ਸਾਲਾ ਸਾਂਝਾ ਆ ਛੱਪੜ ਸਾਂਝਾ ਆ ਤੇ ਗੁਰੂ ਨਾਨਕ ਨਗਰ ਜਿਹੜਾ ਵਾ ਉਹਦਾ ਵੀ ਆ ਤਿੰਨਾ ਪਿੰਡਾਂ ਦਾ ਇੱਕੋ ਹੀ ਆ ਗਰਾਊਂਡ ਸ਼ਮਸ਼ਾਨ ਸ਼ਮਸ਼ਾਨ ਘਾੜ ਤੇ ਛੱਪੜ ਉਹ ਤੇ ਨਜਾਇਜ਼ ਕਬਜ਼ਾ ਕਰ ਰਹੇ ਨੇ ਅਸੀਂ ਸਾਰੇ ਪਿੰਡ ਦੀ ਸਮੂਹ ਪੰਚਾਇਤ ਲੰਬੜਦਾਰ ਸਰਪੰਚ ਮੈਂਬਰ ਪੰਚਾਇਤ ਤੇ ਤਿੰਨੇ ਸਰਪੰਚ ਮੌਜੂਦਾ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਆਂ ਅਸੀਂ ਪ੍ਰਸ਼ਾਸਨ ਦੇ ਕੋਲ ਸਾਰਿਆਂ ਨੂੰ ਐਪਲੀਕੇਸ਼ਨਾਂ ਕੱਢੀਆਂ ਨੇ ਡੀਡੀਪੀਓ ਵੀਡੀਓ ਐਸਐਚਓ ਐਸਐਸਪੀ ਡਿਊਟੀ ਸਾਰਿਆਂ ਨੂੰ ਕੀਤਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਵੀ ਉਹਦੇ ਤੇ ਕਾਰਵਾਈ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਕਿ ਇਸ ਨਜਾਇਜ਼ ਕਬਜ਼ੇ ਨੂੰ ਬੰਦ ਕਰਵਾਇਆ ਜਾਵੇ ਤੇ ਸਾਡੀਆਂ ਪੰਚਾਇਤਾਂ ਜਿਹੜੀਆਂ ਇਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੀਆਂ ਨੇ ਜੇ ਦੋ ਦਿਨ ਦੇ ਵਿੱਚ ਕੰਮ ਨਾ ਬੰਦ ਹੋਇਆ ਤੇ ਅਸੀਂ ਬੜੇ ਵੱਡੇ ਲੈਵਲ ਦੇ ਉੱਤੇ ਇਹਦਾ ਸੰਘਰਸ਼ ਕਰਵਾਂਗੇ ਸਤਪਾਲ ਸਿੰਘ ਜੀ ਤੇ ਇਹ ਜਿਹੜਾ ਜਗ੍ਹਾ ਦਾ ਰਹਣ ਵਾਲਿਓ ਅਸੀਂ ਮਤਲਬ ਮੈਨੂੰ ਇੱਥੇ ਕਾਫੀ 8-9 ਸਾਲ ਹੋ ਗਿਆ ਜੀ ਕੰਮ ਕਰਦੇ ਨੂੰ ਇਹ ਕਿਹੜੀ ਜਗ੍ਹਾ ਹੈ ਹਾਂਜੀ ਆਪਣਾ ਭਾਗੀ ਨੰਗਲਿਆ ਇਥੇ ਨਾਥਪੁਰ ਚ ਮੈਂ ਰਹਿੰਦਾ ਹਾਂ ਬਹੁਤ ਚਿਰ ਦਾ ਉਂਝ ਭੱਜੀ ਨਿਕਲਦੇ ਰਹਿਆ ਹਾਂ ਹਾਂਜੀ ਹਾਂਜੀ ਇੱਥੇ ਮੈਨੂੰ 8-9 ਸਾਲ ਹੋ ਚੱਲੇ ਆ ਜੀ ਤੇ ਇੱਥੇ ਮਤਲਬ ਪਿੰਡ ਦੇ ਵਿੱਚ ਰਹਿੰਦੇ ਆ ਇੱਥੇ ਮਤਲਬ ਵੋਟਾਂ ਪਾਉਂਦੇ ਆ ਹਾਂਜੀ ਮਤਲਬ ਸਾਰੇ ਮਤਲਬ ਪਿੰਡ ਵਾਲਿਆਂ ਨੇ ਇਲਜ਼ਾਮ ਲਗਾਇਆ ਤੁਸੀਂ ਜਿਹੜਾ ਨਜਾਇਜ਼ ਕਬਜ਼ਾ ਕਰ ਰਹੇ ਹੋ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਮੈਂ ਤੇ ਮਤਲਬ ਕਹਿੰਦਾ ਹਾਂ ਪੇ ਮੈਨੂੰ ਹਲੇ ਤੱਕ ਇਨੇ ਚਿਰ ਦਾ ਮੈਂ ਪਿੰਡ 'ਚ ਰਹਿੰਦਾ ਆਂ ਡਿਆ ਵੋਟਾਂ ਪਾਉਂਦਾ ਆਂ ਡਿਆ ਵਾਂ ਮਤਲਬ ਤੁਹਾਨੂੰ ਹਲੇ ਤੱਕ ਮੈਨੂੰ ਕੋਈ ਸਹੂਲਤ ਨਹੀਂ ਮਿਲੀ ਇਸ ਤੋਂ ਤੇ ਮੇਰੇ ਕੋ ਕੋਈ ਘਰ-ਬਾਰ ਨਹੀਂ ਹੈਗਾ ਮੇਰਾ ਆਪਣਾ ਇਹ ਕਰਕੇ ਮੈਂ ਆਪਣੇ ਸਰਪੰਚ ਕੋਲ ਮੰਗ ਮੰਗੀ ਆ ਵੀ ਮੈਨੂੰ ਥੋੜਾ ਬੋਤਾ ਥਾਂ ਦਿੱਤਾ ਜਾਵੇ ਨਹੀਂ ਇਹਦੀ ਕਿਹਦੀ ਪਰਮਿਸ਼ਨ ਦੇ ਨਾਲ ਜਿਹੜਾ ਕੰਮ ਕਰ ਰਹੇ ਹੋ ਹਾਂਜੀ ਤੁਹਾਨੂੰ ਜਗ੍ਹਾ ਦਿੱਤੀ ਕਿ ਨਹੀਂ ਹਾਂਜੀ ਸਾਡੇ ਭਲਵੰਤ ਸਿੰਘ ਸਰਪੰਚ ਨੇ ਦਿੱਤੀ ਹੈ ਜੀ ਕੁਛ ਨਹੀਂ ਜੀ ਇਹਨਾਂ ਦੱਸਣ ਦੇ ਆ ਜਿਹੜੇ 4-5 ਘਰ ਬਣੇ ਆ ਨਾ ਕਿਸੇ ਕੋ ਕੋਈ ਰਿਕਾਰਡ ਨਹੀਂ ਹੈਗਾ ਉਸੇ ਤਰੀਕੇ ਨਾਲ ਜਿਹਦਾ ਇਹ ਬਾਕੀ ਗਰੀਬ ਹੈ ਵੀ ਗਰੀਬ ਬੰਦਾ ਵੇ ਬੜੇ ਚਿਤ ਤੋਂ ਇੱਥੇ ਸਾਡੇ ਪਿੰਡ ਚਾਹੀਦਾ ਇਹਦੇ ਕੋ ਘਰ ਹੈ ਨਹੀਂ ਇਹ ਕਹਿੰਦਾ ਵੀ ਹਵਲਤ ਨਹੀਂ ਕਹਿੰਦਾ ਉਸ ਤੋਂ ਵੱਡਾ ਕਿਹੜੀ ਗੱਲ ਹੈ ਬਾਕੀ ਵੀ ਵੱਲੇ ਕਿਸੇ ਕੋ ਕੋਈ ਫਸੂਬੂਤ ਨਹੀਂ ਹੈਗਾ ਨੇ ਤੁਹਾਨੂੰ ਜਿਹੜਾ ਕਿ ਛੱਪੜ ਦਾ ਰਕਬਾ ਵਾ ਕਿ ਛੱਪੜ ਦਾ ਰਕਬਾ ਤੁਸੀਂ ਨਹੀਂ ਇਹ ਛੱਪੜ ਦਾ ਹੀ ਰਕਬਾ ਹੁੰਦਾ ਜੀ ਰੂੜੀਆਂ ਵਿੱਚ ਇਥੇ ਚਲੋ ਇਹ ਚੀਜ਼ ਨੂੰ ਅਕਸੈਪਟ ਕਰਦੇ ਹਾਂ ਜੀ ਹਾਂਜੀ ਛੱਪੜ ਪੰਚਾਇਤੀ ਜਮ ਇਹ ਭਈ ਰੋੜੀਆਂ ਥਾਂ ਹੀ ਇੱਥੇ ਟੋਟਲ ਹੀ ਚਲੋ ਇਸ ਦਾ ਦਸ ਦੂਗੇ ਕਿ ਦਾ ਪੱਧਰਾ ਕੀਤਾ ਠੀਕ ਹੈ ਜੀ ਆ ਜਿਹੜਾ ਥਾਂ ਇਹ ਰੂੜੀਆਂ ਦਾ ਹੀ ਆ ਤਾਂ ਆ ਨਜਾਇਜ਼ ਹੀ ਕਬਜ਼ਾ ਸਾਰਾ ਦਾਗਾ ਜੇ ਠਟੋਣਾ ਟਵਾਉਣਾ ਤਾਂ ਸਾਰਾ ਟਵਾਉਣਾ ਪਹਿਲਾਂ ਕਿਉਂ ਨਹੀਂ ਨੀਆਂ ਭਰ ਰਿਆ ਵਾ ਇਹ ਜਾਇਜ਼ ਆ ਕਿ ਨਜਾਇਜ਼ ਕਿਹੜਾ ਜਿੱਤੇ ਨਹੀਂ ਵੇਖੋ ਜੇ ਆ ਜਾਇਜ਼ ਵਾ ਤਾਂ ਇਹ ਨਹੀਂ ਜਾਇਜ਼ ਤੇ ਫਿਰ ਵੀ ਨਜਾਇਜ਼ ਤੇ ਜੋ ਜਾਇਜ਼ ਤੇ ਫਿਰ ਵੀ ਜਾਇਜ਼ ਹੀ ਆ ਕੋਈ ਗੱਲ ਨਹੀਂ ਪਰ ਤੁਸੀਂ ਕਿਸੇ ਅਸੀਅਤ ਨਾਲ ਜਿਹੜਾ ਕਿ ਇਹਨਾਂ ਨੂੰ ਤੁਸੀਂ ਕੀ ਉਹ ਪਿੰਡ ਦੇ ਹਾਂਜੀ ਸਾਫਕਾ ਸਰਪੰਚਾ ਜੀ